ਕੀ ਗੱਲ ਹੋਈ ਇੱਥੇ? ਕੱਲ ਕੀ ਸਵੇਰੇ ਮੈਂ ਆਇਆ 6 ਵਜੇ, ਜੋਤ ਲਗਾਉਣੀ ਸੀ ਤੇ ਆਣ ਕੇ ਵੇਖਿਆ ਤੇ ਉਹਨਾਂ ਨੇ ਜਿੰਦਰ ਰੁਕਾ ਹੋਇਆ, ਜਿੰਦਰ ਵੜਿਆਂ ਦੀ ਗੋਲਕ ਵੀ ਖੁੱਲੀ ਹੋਈ ਸੀ, ਮੁੜ ਕੇ ਮੈਂ ਇੱਥੋਂ ਵਾਪਸ ਚੱਲ ਗਿਆ। ਕਿੰਨਾ ਕੁ ਨੁਕਸਾਨ ਜਿਹੜਾ ਗੋਲਕ 'ਚ, ਕਿੰਨੇ ਕੁ ਪੈਸੇ? ਕੋਈ ਹੋ ਸਕਦਾ ਕੋਈ 25,000 ਰੁਪਇਆ ਹੋਵੇ, ਕੋਈ ਕਿਉਂਕਿ ਪੱਕਾ ਗਿਣਿਆ ਨਹੀਂ ਗਾ, 8-9 ਮਹੀਨੇ ਹੋਏ ਗੋਲਕ ਖੁੱਲੀ ਹੋਈ। ਅੱਛਾ, 25,000 ਰੁਪਇਆ। ਕੋਈ ਲੱਗੇ ਕੈਮਰੇ ਲੱਗੇ? ਕੋਈ ਨਹੀਂ, ਕੈਮਰਾ ਕੋਈ ਨਹੀਂ ਲੱਗਾ। ਕੋਈ ਇਸ ਸੰਬੰਧੀ ਦਿੱਤੀ ਦਰਖਾਸਤ? ਦਿੱਤੀ ਦਰਖਾਸਤ ਦਿੱਤੀ। ਕਿੱਥੇ? ਸਭਰਾਵੇ ਸਭਰਾਜ ਤੇ ਆਏ ਕੋਈ ਪੁਲਿਸ ਆਈ ਕਹੀ ਤੀ ਗੱਲ? ਨਹੀਂ, ਉੱਥੇ ਨਾ ਆਦਮੀ ਗਏ, ਕਿਤੇ ਨਾਕੇ ਤੇ ਗਏ ਸੀ, ਮੰਦਾ ਕੋਈ ਉੱਥੇ ਹੈ ਨਹੀਂ ਸੀ, ਮੁਨਸ਼ੀ ਇਕੱਲਾ ਹੈਗਾ ਸੀ ਇੱਥੇ ਤੇ ਉਹਨੇ ਵੀ ਆਉਣਾ ਸੀ। ਅੱਛਾ ਬਾਈ, ਤੁਹਾਡਾ? ਦਲਵਾਲ ਸਿੰਘ ਜੀ। ਕੀ ਗੱਲ ਹੋਈ ਹੈ ਜੀ ਮੰਦਰ ਦੇ? ਗੱਲ ਜੀ, ਅਸੀਂ ਨਾ ਆਏ ਸੀ, ਸਾਡੀ ਲਾਗੇ ਨਾਲ ਹੀ ਡੇਰੀ ਆ, ਤੇ ਵੇਖਿਆ ਸੀ ਤੇ ਇਕੱਠ ਬਹੁਤ ਹੋਇਆ ਸੀ ਜੀ, ਤੇ ਇਕੱਠ ਨੂੰ ਵੇਖ ਕੇ ਅਸੀਂ ਆਏ ਤੇ ਦੇਖਿਆ ਜੀ ਵੀ ਜਿਵੇਂ ਤਾਲਾ ਟੁੱਟਾ, ਸਾਹਮਣਾ ਸਿਰਫ ਭਾਣ ਭੂਣ ਹੀ ਰਹਿ ਗਈ, ਬਾਕੀ ਜਿਹੜੇ ਪੈਸੇ ਪੂਏ ਸੀ ਉਹ ਤਾਂ ਲੈ ਗਿਆ ਕੋਈ ਜੀ। ਕਿ ਕੈਮਰੇ ਨਹੀਂ ਹੈਗੇ ਮੰਦਰ? ਕੈਮਰੇ ਜੀ ਮੰਦਰ 'ਚ ਨਹੀਂ ਹੈਗੇ, ਤੇ ਬਾਕੀ ਸਾਈਡ 'ਤੇ ਲੱਗੇ ਆ, ਪਾਸੇ ਥੋੜ੍ਹੇ ਡੇਰੀ 'ਤੇ ਲੱਗੇ ਆ, ਜਾਂ ਕਿਲ੍ਹਾ ਸਾਹਿਬ ਗੁਰਦੁਆਰਾ ਸਾਹਿਬ ਆ, ਬਾਕੀ ਮੰਦਰ 'ਚ ਨਹੀਂ ਹੈ ਜੀ ਕੈਮਰੇ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਵੀਰ ਦੱਸ ਰਿਹਾ ਵੀ 25-30,000 ਦੇ ਲਗਭਗ ਅੰਦਾਜ਼ਾ ਹੈਗਾ ਵਾ, ਵੀ ਇੰਨੇ ਕੁ ਪੈਸੇ ਹੋਣਗੇ, ਵੀ 6-7 ਮਹੀਨੇ ਹੋ ਗਿਆ ਗੋਲ ਕੁਗਲੀ ਨੂੰ, ਵੀ ਇੰਨਾ ਕੁ ਦਾ ਅੰਦਾਜ਼ਾ ਹੈ ਜੀ। ਕੋਈ ਦਿੱਤੀ ਦਰਖਾਸਤ? ਦਿੱਤੀ ਦਰਖਾਸਤ ਵੀਰ ਦੱਸਦਾ ਵੀ ਚੌਂਕੀ ਸਭਰਾ ਦੇ ਵਿੱਚ ਦਿੱਤੀ ਹੈ ਜੀ, ਤੇ ਮੁਲਾਜ਼ਮ ਕਿਤੇ ਨਾ ਗਏ ਆ ਡਿਊਟੀ ਡਿਊਟੀ 'ਚ, ਕਿਤੇ ਨਾਕੇ ਨੁਕੇ 'ਤੇ ਵੀ ਗਏ ਆ ਬਾਹਰ, ਅਤੇ ਆਉਂਦਾ ਹੀ ਆਵਾਂਗੇ ਜੀ ਮੁਨਸ਼ੀ ਸਾਹਿਬ ਜੀ। ਮੇਰਾ ਨਾਮ ਗੁਰਦਾਸ ਸਿੰਘ ਹੈ ਜੀ। ਅਤੇ ਇਹ ਕੀ ਗੱਲ ਹੋਈ ਮੰਦਰ 'ਚ? ਇਹ ਮੰਦਰ 'ਚ ਰਾਤ ਚੋਰੀ ਹੋ ਗਈ ਹੈ ਜੀ। ਕੀ ਹੋਇਆ ਸਮਾਨ ਚੋਰੀ? ਇਹ ਗੋਲਕ ਭੰਨ ਕੇ ਲੈ ਗਏ ਆ ਜੀ, ਆਉਂਦੇ 25-30,000 ਰੁਪਏ ਦਾ ਨੁਕਸਾਨ ਹੋ ਗਿਆ। ਸੇਵਾਦਾਰ ਦੇਖਭਾਲ ਕਰਦੇ।